ਫਰੀਦਕੋਟ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੇ ਲੁੱਟਾਂ ਖੋਹਾਂ ਸਮੇਤ ਹੋਰ ਕਈ ਅਪਰਾਧਿਕ ਮਾਮਲੇ ਦਰਜ ਸਨ। ਇਸ ਦੌਰਾਨ ਐਸਐਸਪੀ ਦਰਸ਼ਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਫਰੀਦਕੋਟ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਇਸ ਗੈਂਗ ਨੂੰ ਫੜਿਆ ਹੈ ਜਿਸ ਵਿੱਚ 4 ਮੁਜਰਮ ਹਨ। ਇਸ ਦੇ ਨਾਲ ਹੀ ਪਿੰਡ ਟਪਈ ਕਲਾਂ ਦਾ ਕਾਲੀ ਨਾਮ ਦਾ ਗੈਂਗਸਟਰ ਵੀ 1 ਅਨੋਵਾ, 3 ਚੋਰੀ ਦੇ ਮੋਟਰਸਾਈਕਲ ਅਤੇ 1 ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ ਹੋਰ ਵੀ ਕਾਫੀ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਕ ਹੋਰ ਮਾਮਲੇ ਵਿੱਚ ਐਸਐਸਪੀ ਮਾਨ ਨੇ ਕਿਹਾ ਹੈ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਕੁਝ ਵਿਅਕਤੀ ਮੋਬਾਈਲ ਦੀ ਵਰਤੋਂ ਕਰ ਰਹੇ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਜੇਲ੍ਹ ਦੀ ਚੈਕਿੰਗ ਕੀਤੀ ਗਈ ਅਤੇ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇੱਕ ਸਮਾਰਟਫੋਨ, ਘੜੀ ਵਾਲਾ ਮੋਬਾਈਲ ਅਤੇ ਕੁਝ ਹੋਰ ਵਿਅਕਤੀਆਂ ਤੋਂ 2 ਮੋਬਾਈਲ ਅਤੇ 1 ਸਿਮ ਬਰਾਮਦ ਕੀਤਾ ਗਿਆ ਹੈ। ਵੱਖ-ਵੱਖ ਮਾਮਲਿਆਂ 'ਚ ਇੱਕ ਗੈਂਗ ਫੜਿਆ ਹੈ ਫਰੀਦਕੋਟ ਪੁਲਿਸ ਨੇ। ਉਹਦੇ ਵਿੱਚ 4 ਮੁਰਜਮ ਗ੍ਰਿਫਤਾਰ ਕੀਤੇ ਨੇ। ਇੱਕ ਕਾਲੀ ਗੈਂਗਸਟਰ ਹੈਗਾ, ਟੈਪੇ ਪਿੰਡ ਹੈ ਉਹਦਾ, ਉਹ ਮਿਲਿਆ। ਉਹਦੇ ਤੋਂ 12 ਬੋਰ ਦਾ ਪਿਸਤੌਲ ਮਿਲਿਆ, 3 ਚੋਰੀ ਦੇ ਮੋਟਰਸਾਈਕਲ ਨੇ ਅਤੇ 2 ਬੰਦਿਆਂ ਤੋਂ 250 ਗ੍ਰਾਮ ਪਾਊਡਰ ਮਿਲਿਆ ਨਸ਼ੀਲਾ, 1 ਤੋਂ 255 ਗ੍ਰਾਮ ਅਤੇ 1 ਇਹਨਾਂ ਨਾਲ ਯੂਪੀ ਦਾ ਬੰਦਾ ਸੀ, ਉਹ ਤੋਂ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਅਤੇ ਹੋਰ ਮਾਰੂ ਹਥਿਆਰ ਕਾਫੀ ਬਰਾਮਦ ਹੋਏ ਨੇ। ਇਹਨਾਂ ਦੇ ਖਿਲਾਫ਼ ਅਸੀਂ ਸਿਟੀ ਫਰੀਦਕੋਟ 'ਚ 399-402 ਦਾ ਕੇਸ ਰਜਿਸਟਰ ਕੀਤਾ। ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਅੱਗੇ ਹੋਰ ਇਹ ਲੁੱਟਾਂ ਖੋਹਾਂ ਜਾਂ ਜੋ ਵੀ ਜਿਸ ਵਿੱਚ ਸ਼ਾਮਿਲ ਹੋਣਗੇ ਉਹ ਅਸੀਂ ਰਿਕਵਰ ਕਰਾਂਗੇ। ਇਹ ਜਿਹੜਾ ਕਾਲੀ ਹੈਗਾ ਹਰਵਿੰਦਰ, ਇਹਦੇ ਤੋਂ 12 ਬੋਰ ਦਾ ਪਿਸਤੌਲ ਮਿਲਿਆ ਅਤੇ ਇਹ 307 ਦਾ ਹਜੇ ਕੋਈ 15 ਕੁ ਦਿਨ ਪਹਿਲਾਂ ਕੇਸ ਰਜਿਸਟਰ ਹੋਇਆ ਸੀ। ਉਹਦੇ ਵਿੱਚੋਂ ਭਗੌੜਾ ਹੈ, ਉਹ 'ਚ ਨੋਮੀਨੇਟ ਹੈ ਸਿਟੀ ਕੋਟਕਪੂਰਾ 'ਚ, ਉਹ ਇਹਦੇ ਵਿੱਚ ਅਰੈਸਟ ਹੋ ਚੁੱਕਿਆ। ਇਹਦੇ 'ਚ 3 ਬੰਦੇ ਮਨਪ੍ਰੀਤ, ਹਰਪ੍ਰੀਤ 2 ਭਰਾ ਨੇ ਟੈਪੇ ਦੇ ਅਤੇ 1 ਸੇਵਕ ਹੈਗਾ ਟੈਪੀ ਦਾ, ਉਹ 3 ਫਰਾਰ ਹੋ ਗਏ ਅਤੇ 4 ਇਹ ਫੜ ਲਿੱਤੇ। ਕੱਲ੍ਹ ਫਰੀਦਕੋਟ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੇਲ੍ਹ ਦੇ ਵਿੱਚ ਕੁਛ ਜਿਹੜੇ ਕੈਦੀ ਨੇ ਜਾਂ ਹਵਾਲਾਤੀ ਨੇ ਉਹ ਮੋਬਾਈਲ ਯੂਜ ਕਰ ਰਹੇ ਨੇ। ਇਸ ਕਰਕੇ ਐਸਪੀ ਹੈੱਡਕੁਆਟਰ ਦੀ ਅਗਵਾਈ 'ਚ 3 DSP ਅਤੇ ਤਕਰੀਬਨ 300 ਅਸੀਂ ਮੁਲਾਜ਼ਮ ਲਾ ਕੇ ਫਰੀਦਕੋਟ ਪੁਲਿਸ ਨੇ ਜੇਲ੍ਹ ਦੀ ਸਰਚ ਕਰਾਈ ਸੀ। ਉਹਦੇ ਵਿੱਚੋਂ ਇੱਕ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ, ਉਹਦੇ ਤੋਂ ਪਹਿਲੀ ਵਾਰ ਇੱਕ ਮੋਬਾਈਲ ਮਿਲਿਆ ਜਿਹੜਾ ਕਿ ਘੜੀ ਦੇ ਵਿੱਚ ਹੈ। ਘੜੀ ਦੇ ਵਿੱਚ ਉਹ ਟੱਚ ਸਕਰੀਨ ਮੋਬਾਈਲ ਹੈ, ਉਹ ਰਿਕਵਰ ਹੋਇਆ। ਇੱਕ ਜੋਗਿੰਦਰ ਮਿੱਢਾ ਹੈ, ਉਹ ਵੀ ਇਹਨਾਂ ਮਾਮਲਿਆਂ 'ਚ ਲੋੜੀਦਾ ਹੈ, ਉਹ ਤੋਂ ਇੱਕ ਮੋਬਾਈਲ ਮਿਲਿਆ ਅਤੇ 2 ਹੋਰ ਮੋਬਾਈਲ ਅਸੀਂ ਜੇਲ੍ਹ ਦੇ ਵਿੱਚੋਂ ਅਤੇ 1 ਸਿਮ, ਇਹ 5 ਚੀਜ਼ਾਂ ਜੇਲ੍ਹ 'ਚੋਂ ਅਸੀਂ ਰਿਕਵਰ ਕੀਤੀਆਂ ਨੇ। ਇਹਨਾਂ ਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰ ਦਿੱਤਾ ਅਤੇ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਕਰ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।